ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਕਬਲੇ ادب ਪਰਮ ਸਨਮਾਨ ਜੋਗ ਛਤਰ ਚਵਰ ਤਖ ਦਿ ਮਾਲਕ ਸਹਿਬ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਰਹਿਮਤ ਦਾ ਸਦਕਾ ਔਰ ਆਪ ਦੇਸ਼ ਵਿਦੇਸ਼ ਦੀ ਤਰਤੀਤੇ ਵਸਤੀਆਂ ਹੋਈਆਂ ਸੰਗਤਾਂ ਦੇ ਪਿਆਰ ਔਰ ਅਜੀਤ ਅਦਾਰੇ ਦੇ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਗੁਰੂ ਕੀ ਬਾਣੀ ਦੇ ਖਜ਼ਾਨੇ ਨੂੰ ਆਪ ਸੰਗਤ ਤੱਕ ਖੋਲ ਖੋਲ ਕੇ ਪਹੁੰਚਾਇਆ ਜਾਏ ਗੁਰੂ ਦੇ ਸ਼ਬਦ ਨੂੰ ਆਪਾਂ ਸਮਝ ਸਕੀਏ ਤਾਂ ਕਿ ਜੀਵਨ ਵਿੱਚ ਕਮਾਈਏ ਤੋ ਆਓ ਮਾਲਕ ਦੇ ਪਾਵਨ ਬਚਨ ਦੀ ਵਿਚਾਰ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਕਮਲਾਂ ਦਾ ਧਿਆਨ ਧਰਦਿਆਂ ਹੋਇਆਂ ਦੋਵੇਂ ਹੱਥ ਜੋੜ ਬਾ ਅਦਬ ਸੀਸ ਝੁਕਾ ਕੇ ਗੁਲੰਦ ਆਵਾਜ਼ ਵਿੱਚ ਸਾਰੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਹੁਣਾਂ ਦਾ ਸ੍ਰੀ ਰਾਗ ਦੇ ਅੰਦਰ 19 ਅੰਗ ਉਪਰ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਜਿਸ ਦੇ ਦੋ ਪਦਿਆਂ ਦੀ ਵਿਚਾਰ ਆਪਾਂ ਪਿਛਲੇ ਭਾਗ ਦੇ ਵਿੱਚ ਕੀਤੀ ਸੀ ਮਹਾਰਾਜ ਸੱਚੇ ਪਾਤਸ਼ਾਹ ਅਗਲੇ ਬਚਨ ਦੇ ਵਿੱਚ ਕਿਰਪਾ ਕਰ ਰਹੇ ਆ ਖਿੰਦੇ ਅਕੇ ਚੰਦਣ ਮੋਲ ਅਨਾਇਆ ਕੁੰਗੂ ਮਾਂਗ ਸੰਧੂਰ ਚੋਆ ਚੰਦਣ ਬੋਕਣਾ ਪਾਨਾਂ ਨਾਲ ਕਪੂਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਚੰਦਨ ਮੋਲ ਅਨਾਇਆ ਕੁੰਗੂ ਮਾਂਗ ਸੰਧੂਰ ਚੋਆ ਚੰਦਣ ਬੋਕਣਾ ਪਾਨਾਂ ਨਾਲ ਕਪੂਰ ਸਤਿਗੁਰੂ ਦਾਤਾ ਜੀ ਨੇ ਇੱਥੇ ਜਿਹੜਾ ਬਚਨ ਵਰਤਿਆ ਨਾ ਕਹਿੰਦੇ ਕਿਸੇ ਔਰਤ ਨੇ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਆਪਣੇ ਸਰੀਰ ਕੇ ਸ਼ਿੰਗਾਰ ਵਾਸਤੇ ਚੰਦਣ ਮੰਗਾਇਆ ਮੁੱਲ ਜਿਹੜਾ ਆ ਔਰ ਕੇਸਰ ਮੰਗਾਇਆ ਕੁੰਗੂ ਕੇਸਰ ਮਾਂਗ ਸੰਦੂਰ ਸਿਰ ਦੇ ਕੇਸਾਂ ਦੇ ਚੀਰ ਸੁੰਦਰ ਬਣਾਉਣ ਲਈ ਸੰਦੂਰ ਮੰਗਾਇਆ ਇਹ ਸਭ ਚੀਜ਼ਾਂ ਮੰਗਾਈਆਂ ਔਰ ਅਤਰ ਚੰਦਣ ਤੇ ਹੋਰ ਸੁਗੰਧੀਆਂ ਮੰਗਾਈਆਂ ਪਾਨ ਮੰਗਾਇਆ ਤੇ ਕਪੂਰ ਮੰਗਾਇਆ ਇਹ ਸਭ ਚੀਜ਼ਾਂ ਜਿਹੜੀਆਂ ਕਹਿੰਦੇ ਆਪਣੇ ਸਿਰ ਦੇ ਸਾਈ ਨੂੰ ਚੋਆ ਚੰਦਣ ਬਹੁ ਕਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨਾ ਭਾਵੇ ਤ ਸਭ ਅਡੰਬਰ ਕੂੜ ਮਹਾਰਾਜ ਨੇ ਕਿਹਦਾ ਦ੍ਰਿਸ਼ਟਾਂਤ ਦੇ ਕੇ ਸੋਝੀ ਦਿੱਤੀ ਸਮਝਾਇਆ ਕਿnde ਚੰਦਨ ਮੋਲ ਅਨਾਇਆ ਚੰਦਨ ਵੀ ਮਗਾਇਆ ਉਹਦਾ ਲੇਪਨ ਕਰਾਂ ਤਨ ਨੂੰ ਸੁਗੰਧਿਤ ਕਰਾਂ ਕੂੰ ਕੇਸਰ ਮਗਾਇਆ ਔਰ ਚੀਰ ਵਿੱਚ ਪਾਉਣ ਵਾਸਤੇ ਸੰਦੂਰ, ਮਾਂਗ ਸੰਦੂਰ ਚੋਆ ਚੰਦਨ ਬਹੁ ਕਣਾ ਫਿਰ ਅਤਰ ਚੰਦਨ ਹੋਰ ਸੁਗੰਧੀਆਂ ਬਹੁ ਕਣਾ ਪਾਵੇ ਕੇ ਹੋਰ ਸੁਗੰਧੀਆਂ ਬਹੁਤ ਸਾਰੀਆਂ ਪਾਨਾ ਨਾਲ ਕਪੂਰ ਪਾਨ ਮੰਗਾਏ ਤੇ ਕਪੂਰ ਜਿਹੜਾ ਹੈ ਉਹ ਵੀ ਮੰਗਾਇਆ ਕਿੰਦੇ ਇੰਨੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੰਗਵਾਈਆਂ ਨੇ ਪਰ ਜੇ ਤਨ ਕੰਤ ਨਾ ਭਾਵੇਈ ਤਨ ਦਾ ਅਰਥ ਇਥੇ ਇਸਤਰੀ ਹੈ ਕੰਤ ਦਾ ਅਰਥ ਪਤੀ ਹੈ ਪਰਮੇਸ਼ਰ ਪ੍ਰਭੂ ਜੇ ਤਨ ਕੰਤ ਨਾ ਭਾਵੇਈ ਤਾਂ ਸਭ ਅਡੰਬਰ ਕੂੜ ਕਿੰਦੇ ਜੇ ਇਸਤਰੀ ਕਹਿੰਦੇ ਉਹ ਮਾਲਕ ਪਤੀ ਪ੍ਰਭੂ ਨੂੰ ਪਾਉਂਦੀ ਨਹੀਂ ਤੋ ਵਿਖਾਵੇ ਦੇ ਸਾਰੇ ਉਦਮ ਵਿਅਰਥ ਹੋ ਗਏ ਇਹੀ ਹਾਲ ਜੀਵ ਇਸਤਰੀ ਦਾ ਹੈ ਪਤੀ ਪ੍ਰਭੂ ਵਿਖਾਵੇ ਦੇ ਧਾਰਮਿਕ ਉਦਮਾ ਨਾਲ ਨਹੀਂ ਰੀਝਦਾ ਇਹ ਬਾਤ ਸਮਝਣੀ ਪੈਗੀ ਬਹਿਰੂਨੀ ਤੌਰ ਤੇ ਬੜੇ ਪ੍ਰਬੰਧ ਜਿਹੜੇ ਉਹ ਕੀਤੇ ਜਾਂਦੇ ਜਿਵੇਂ ਬਾਬਰ ਅਵਦਾਸ ਨੇ ਚੋਟ ਕੀਤੀ ਇੱਕ ਸ਼ਬਦ ਵਿੱਚ ਉਹ ਕਹਿੰਦੇ ਆ ਕਿ ਦੁੱਧ ਤਾਂ ਬਛਰੈ ਥਨੋਂ ਬਿਗਾਰਿਓ ਫੂਲ ਪਵਰ ਦੂਧ ਤਾਂ ਬਛਰੈ ਥਨੋਂ ਬਿਟਾਰਿਓ ਫੂਲ ਪਵਰ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵਾਂ ਅਵਰ ਨਾ ਫੂਲ ਅਨੂਪ ਨਾ ਪਾਵੋ ਮੈਲਾ ਘਰ ਬੇਰੇ ਹੈ ਪੋਹੰਗਾ ਬਖ ਅਮਰਤ ਬਸੈ ਇਕ ਸੰਗਾ ਧੂਪ ਦੀਪ ਨਹੀਂ ਬੇਦੈ ਬਾਸਾ ਕੈਸੇ ਪੂਜ ਕਰੈ ਤੇਰੀ ਦਾਸਾ ਕਹਿੰਦੇ ਇੰਨੀਆਂ ਚੀਜ਼ਾਂ ਤਾਂ ਇਕੱਠੀਆਂ ਕਰ ਲਈਆਂ ਜੇ ਮਾਲਕ ਨੂੰ ਚੰਗੀਆਂ ਨਹੀਂ ਲੱਗਦੀਆਂ ਮੈਂ ਤਾਂ ਆਪਣਾ ਮੰਤਨ ਅਰਪਉ ਪੂਜ ਚਰਾਵਾਂ ਮੈਂ ਆਪਣਾ ਮਨ ਤਨ ਨੂੰ ਅਰਪਣ ਕਰਦਾ ਹਾਂ ਅਸੀਂ ਕਈ ਵਾਰੀ ਬਹਿਰੂਨੀ ਤੌਰ ਤੇ ਬਹੁਤ ਵਸਤੂਆਂ ਬੜੀਆਂ ਚੀਜ਼ਾਂ ਬਹੁਤ ਪਦਾਰਥ ਇਕੱਠੇ ਕਰਦੇ ਹਾਂ ਧਾਰਮਿਕ ਕਰਮ ਕਰਨ ਲਈ ਪਰ ਸੱਭ ਕਹਿੰਦੇ ਸ਼ਿੰਗਾਰ ਇਹ ਸਭ ਕੁਝ ਜੇ ਉਹ ਨੂੰ ਪਾਉਂਦਾ ਹੀ ਨਹੀਂ ਉਹ ਨੂੰ ਚੰਗਾ ਹੀ ਨਹੀਂ ਲੱਗਦਾ ਤਾਂ ਫਿਰ ਇਹ ਸਭ ਕੁਝ ਜਿਹੜਾ ਹੈ ਉਹ ਕੂੜਾ ਹੋ ਕੇ ਰਹਿ ਜਾਏਗਾ ਇਹ ਅਡੰਬਰ ਬਣ ਕੇ ਰਹਿ ਜਾਏਗਾ ਪਖੰਡ ਬਣ ਕੇ ਰਹਿ ਜਾਏਗਾ ਕਿਉਂਕਿ ਸ਼ਿੰਗਾਰ ਸਾਰਾ ਕੀਤਾ ਲੇਕਿਨ ਕੰਤ ਨੂੰ ਪਾਇਆ ਹੀ ਨਹੀਂ ਤਾਂ ਕਰਕੇ ਇੱਕ ਬਚਨ ਵਰਤਿਆ ਕਬੀਰ ਮਹਿੰਦੀ ਕਰ ਘਾਲਿਆ ਆਪ ਪੀਸਾਏ ਪੀਸਾਏ ਕਿੰਦੇ ਤੈ ਸਹ ਕੰਤ ਨ ਪੁੱਛਿਆ ਕਬੋ ਨ ਲਾਈ ਪਾਏ ਕਹਦੇ ਇਨੀ ਕਾਲਣਾ ਤੂੰ ਮਹਿੰਦੀ ਵਾਂਗ ਆਪਣੇ ਆਪ ਨੂੰ ਪਿਸਾ ਲਵੇਂ ਐਸਾ ਕੁਝ ਕਰੇ ਕਾਲਣਾ ਬੜੀ ਕਾਲ ਨੇ ਪਰ ਜੇ ਮਾਲਕ ਨੂੰ ਤੂੰ ਪਿਆਰਾ ਨਹੀਂ ਲੱਗਾ ਤਾਂ ਫਿਰ ਉਹ ਸਭ ਕੁਝ ਵਿਅਰਥ ਹੋ ਕੇ ਰਹਿ ਗੇ ਇਸੇ ਕਰਕੇ ਜੋ ਵੀ ਜੀਵਨ ਦੇ ਵਿੱਚ ਧਰਮ ਦੀ ਕਰਮ ਇਹ ਨਾ ਕਹੀਏ ਕਿ ਮੈਂ ਠੀਕ ਆ ਉਹ ਕਰੀਏ ਜੋ ਉਹ ਨੂੰ ਪਾਉਂਦਾ ਹੈ ਸੋਈ ਕਰਾਂ ਜੋ ਤੁਦ ਭਾਵੇ ਮੋਹ ਸਿਆਣਪ ਕਸ਼ੂ ਨਾ ਵੇ ਆਪਣੀ ਸਿਆਣਪ ਛੱਡ ਦੇਣੀ ਹੈ ਕਿਉਂਕਿ ਖੁਸ਼ੀ ਉਹਦੀ ਲੈਣੀ ਆ ਤੇ ਜਿਹਦੀ ਖੁਸ਼ੀ ਲੈਣੀ ਹੋਵੇ ਨਾ ਉਥੇ ਉਹਦੇ ਮੁਤਾਬਕ ਚੱਲਣਾ ਪੈਂਦਾ ਆਪਣੀ ਮਰਜ਼ੀ ਕਰਾਂਗੇ ਉਹਦੀ ਖੁਸ਼ੀ ਥੋੜੀ ਹੋਏਗੀ ਦੁਨਿਆਵੀ ਰਿਸ਼ਤਿਆਂ ਦੇ ਵਿੱਚ ਵੀ ਪਤੀ ਪਤਨੀ ਦੇ ਜੀਵਨ ਵਿੱਚ ਖੁਸ਼ੀ ਤਾਂ ਆ ਜੀਵਨ ਸਾਥੀ ਦੋਨਾਂ ਨੂੰ ਨਾ ਪਹਿਲਾਂ ਵੱਖਰੇ ਹੁੰਦੇ ਆ ਸੁਭਾਅ ਵੱਖਰੇ ਵੱਖਰੇ ਹੁੰਦੇ ਆ ਪਰ ਫਿਰ ਦੋਨਾਂ ਨੂੰ ਅੰਡਰਸਟੈਂਡਿੰਗ ਕਰਨੀ ਪੈਂਦੀ ਹੈ ਕੁਝ ਪਤਨੀ ਨੂੰ ਕੁਝ ਛੱਡਣਾ ਪੈਂਦਾ ਆਪਣਾ ਸੁਭਾਅ ਔਰ ਕੁਝ ਨਵਾਂ ਗ੍ਰਹਿਣ ਕਰਨਾ ਪੈਂਦਾ ਔਰ ਇਸੇ ਤਰ੍ਹਾਂ ਪਤੀ ਨੂੰ ਵੀ ਕੁਝ ਛੱਡਣਾ ਪੈਂਦਾ ਕੁਝ ਗ੍ਰਹਿਣ ਕਰਨਾ ਪੈਂਦਾ ਤਾਂ ਕੁਝ ਤਿਆਗਣਾ ਹੈ ਕੁਝ ਗ੍ਰਹਿਣ ਕਰਨਾ ਹੈ ਧਾਰਮਿਕ ਜੀਵਨ ਵਿੱਚ ਵੀ ਐਸਾ ਹੀ ਹੈ ਅਸੀਂ ਆਪਣੇ ਸੁਭਾਅ ਨੂੰ ਬਹੁਤ ਕੁਝ ਨੂੰ ਜਿਹੜਾ ਗਲਤ ਹੈ ਉਹਨੂੰ ਤਿਆਗਣਾ ਹੈ ਔਰ ਬਹੁਤ ਕੋਜਾ ਜੋ ਗ੍ਰਹਿਣ ਕਰਨਾ ਹੈ ਤੋ ਫਿਰ ਉਸ ਮਾਲਕ ਨੂੰ ਜੀਵਨ ਪਾਏਗਾ ਵਰਨਾ ਆਪਣੇ ਆਪ ਦੇ ਵਿੱਚ ਤਾਂ ਬਹੁਤ ਸਜ ਕੇ ਸਮਰ ਕੇ ਸ਼ਿੰਗਾਰ ਕੀਤੇ ਧਾਰਮਿਕ ਇਹ ਇੰਨੇ ਸਾਜੋ ਸਮਾਨ ਮੰਗਾਇਆ ਜਿਵੇਂ ਚੰਦਣ ਮੋਲਾ ਨਾਇਕ ਨੂੰ ਮੰਗ ਸੰਧੂਰ ਚੋਆ ਚੰਦਣ ਬਹੁ ਪਣ ਕਣਾ ਪਾਨਾ ਨਾਲ ਕਪੂਰ ਪਰ ਕਹਿੰਦੇ ਜੇ ਧਨ ਕੰਤ ਨਾ ਭਾਵੇ ਤਾਂ ਸਭ ਅਡੰਬਰ ਕੂੜ ਫਿਰ ਤਾਂ ਸਾਰੇ ਹੀ ਅਡੰਬਰ ਜਿਹੜੇ ਨੇ ਉਹ ਕੂੜ ਹੋ ਗਏ ਜੇ ਉਸ ਮਾਲਕ ਨੂੰ ਜਿਹਦੇ ਵਾਸਤੇ ਕੀਤਾ ਫਿਰ ਮਹਾਰਾਜ ਅਗਲਾ ਜਿਹੜਾ ਬਚਨ ਇਸ ਸ਼ਬਦ ਦੇ ਅੰਦਰ ਕਹਿ ਰਿਹਾ ਅਖੀਰਲਾ ਬੋਲ ਹੈ ਕਿੰਦੇ ਸਭ ਰਸ ਭੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀਐ ਕਿਉ ਸੋ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸਭ ਰਸ ਭੋਗਣ ਬਾਦ ਹੈ ਜਦ ਤੱਕ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਤੀਰ ਨਾਲ ਵਿਜਦਾ ਨਹੀਂ ਜਬ ਲਗ ਸ਼ਬਦ ਨਾ ਭੇਦੀਐ ਕਿਉ ਸੋਹੈ ਗੁਰਦੁਆਰ ਭੇਦੀਐ ਦਾ ਮਤਲਬ ਹੁੰਦਾ ਵਿਜਣਾ ਤੇ ਵਿਜਣ ਦਾ ਅਰਥ ਕੀ ਹੈ ਗੁਰੂ ਪ੍ਰੇਮ ਦਾ ਤੀਰ ਮਾਰਦਾ ਹੈ ਤੇ ਕਿਤੇ ਉਹ ਸਾਡੇ ਹਿਰਦੇ ਵਿੱਚ ਲੱਗ ਜਾਏ ਔਰ ਬਾਬੇ ਕਬੀਰ ਨੇ ਇੱਕ ਵਚਨ ਵਰਤਿਆ ਉਹ ਕਹਿੰਦੇ ਕਿ ਦੁਨਿਆਵੀ ਤੌਰ ਤੇ ਤੁਹਾਡੇ ਤਨ ਉੱਤੇ ਵਾਰ ਹੋਵੇ ਸ਼ਸਤਰ ਦਾ ਪ੍ਰਹਾਰ ਹੋਵੇ ਤੇ ਤੁਸੀਂ ਉਹਨੂੰ ਸਹਿ ਕੇ ਕਈ ਵਾਰੀ ਬੰਦਾ ਉੱਠ ਸਕਦਾ ਹੈ ਪਰ ਗੁਰੂ ਦੇ ਸ਼ਬਦ ਦੀ ਝੋਟ ਸਹਾਰਨੀ ਬੜੀ ਔਖੀ ਹੈ ਕਬੀਰ ਝੋਟ ਸੁਹੇਲੀ ਸੇਲ ਕੀ ਲਾਗਤ ਲੈ ਉਸਾਸ ਝੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ ਜਿਹੜਾ ਸ਼ਬਦ ਦੀ ਝੋਟ ਜਿਹੜੀ ਹੈ ਕਿੰਨੇ ਸਾਡੇ ਤੇ ਬਾਣ ਚਲਾਇਆ ਮਾਲਕ ਨੇ ਕਬੀਰ ਸਤਗੁਰ ਸੂਰਮੇ ਬਾਇਆ ਬਾਣ ਜੋ ਇੱਕ ਲਗਤੀ ਭੋਏ ਗਿਰ ਪਰਿਆ ਪਰ ਅਕਰੇਜੇ ਛੇਕ ਮਿਟ ਪੋਏਂਗਰ ਪਰਿਆ ਦਾ ਭਾਵ ਕੀ ਹੈ ਹੰਕਾਰ ਦੀ ਟੀਸੀ ਤੇ ਬੈਠਾ ਸੀ ਪਹਿਲਾਂ ਡਿੱਗ ਪਿਆ ਕਦਮਾਂ ਚ ਨਿਮਰਤਾ ਵਿੱਚ ਆ ਗਿਆ ਹੰਕਾਰ ਖਤਮ ਹੋ ਗਿਆ ਹੰਕਾਰ ਦੀ ਕਹਾਣੀ ਟੁੱਟ ਗਈ ਸਮਾਪਤ ਹੋ ਗਈ ਮਾਲਕ ਨੇ ਕਿਰਪਾ ਕਰ ਦਿੱਤੀ ਐਸਾ ਤੀਰ ਚਲਾਇਆ ਕਿਉਂਕਿ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ ਜਸ ਲਾਗੀ ਪੀਰ ਪਰਮ ਕੀ ਸੁ ਜਾਣੈ ਜਰੀਆ ਉਹ ਅਣਿਆਲੇ ਤੀਰ ਨੇ ਜਿਹੜੇ ਪ੍ਰੇਮ ਦੇ ਜੋ ਮਾਲਕ ਚਲਾਉਣ ਵਾਲਾ ਹੈ ਜੋ ਮਾਲਕ ਮਾਰਨ ਵਾਲਾ ਹੈ ਤੇ ਸਹਿਬ ਕਹਿੰਦੇ ਉਸ ਦਾਤੇ ਦੇ ਚਲਾਏ ਹੋਏ ਜਿਹੜੇ ਤੀਰ ਨੇ ਜਿੱਕ ਤੇ ਤੇਰੇ ਹਿਰਦਾ ਵਿੰਨਿਆ ਜਾਏ ਉਹਨਾਂ ਤੀਰਾਂ ਨਾਲ ਜਿਵੇਂ ਅਸੀਂ ਕੋਈ ਕਿਸੇ ਦੀ ਬਾਤ ਸੁਣਦੇ ਕਿਸੇ ਦੀ ਗੱਲ ਸੁਣਦੇ ਹਾਂ ਤੇ ਆਮ ਕਰਕੇ ਕੋ ਸਾਨੂੰ ਇਹੋ ਜੀ ਗੱਲ ਕਹਿ ਦਵੇ ਤੇ ਅਸੀਂ ਕਹਿੰਨੇ ਆ ਜੀ ਇਹ ਮੇਰੇ ਮੈਨੂੰ ਇਸ ਚੀਜ਼ ਨੇ ਬਹੁਤ ਆਹਤ ਕੀਤਾ ਹੈ ਬੜਾ ਦੁੱਖ ਦਿੰਦਾ ਹੈ ਜਿਹੜਾ ਸ਼ਬਦ ਉਹਨੇ ਮੈਨੂੰ ਕਹਿ ਦਿੱਤਾ ਦੁਨਿਆਵੀ ਤਾਨੇ ਮੇਹਣੇ ਬਹੁਤ ਵਾਰ ਲੋਕ ਇਹੋ ਜਿਹੇ ਸ਼ਬਦਾਂ ਦਾ ਵਰਤੋਂ ਕਰਦੇ ਜੋ ਪਿੰਚ ਕਰਦੇ ਆ ਸਾਨੂੰ ਅਗਲੇ ਨੂੰ ਝੋੜ ਕੇ ਰੱਖ ਦਿੰਦੇ ਔਰ ਖਾਸ ਕਰਕੇ ਉਹਦੇ ਪਿੱਛੇ ਮੰਤਵ ਦੁਖੀ ਕਰਨ ਦਾ ਹੁੰਦਾ ਹੈ ਔਰ ਜਦ ਕੇ ਬਾਵੇ ਫਰੀਦ ਨੇ ਆਖਿਆ ਉਹ ਜੇ ਸ਼ਬਦਾਂ ਦਾ ਇਸਤੇਮਾਲ ਨਾ ਕਰੀਏ ਉਹਦੇ ਬੋਲ ਨਾ ਬੋਲੀ ਕਿਉਂਕਿ ਸਬਣਾ ਮਨ ਮਾਨਕ ਠਾਹਣ ਮੂਲ ਮਚੰਗ ਵਾ ਜੇ ਤੋ ਪ੍ਰੀਆ ਦੀ ਸਿੱਖ ਹਿਆਉ ਨ ਠਾਹੇ ਕਹੀ ਦਾ ਕਦੀ ਇਹੋ ਜੇ ਬੋਲ ਨਾ ਬੋਲਨੀ ਜਿਹਦੇ ਨਾਲ ਕਿਸੇ ਦਾ ਹਿਰਦਾ ਦੁਖੇ ਕਿਉਂਕਿ ਸਾਰੇ ਜਿਹੜੇ ਹਿਰਦੇ ਨੇ ਉਹ ਪਿਆਰ ਵਾਲੇ ਨੇ ਪ੍ਰੀਤ ਵਾਲੇ ਨੇ ਅਮੁੱਲਕ ਨੇ ਉਹਨਾਂ ਦੀ ਸੰਭਾਲ ਪਰ ਇਹਦੇ ਨਾਲ ਨਾਲ ਕਹਿੰਦੇ ਗੁਰੂ ਦੇ ਸ਼ਬਦ ਨਾਲ ਤੇਰਾ ਹਿਰਦਾ ਵਿਝਣਾ ਚਾਹੀਦਾ ਗੁਰੂ ਦਾ ਸ਼ਬਦ ਤੇਰੇ ਹਿਰਦੇ ਦੇ ਵਿੱਚ ਵੱਜੇ ਤੂੰ ਦੁਨਿਆਵੀ ਬੋਲ ਸੁਣ ਕੇ ਕਿੰਨਾ ਆ ਗੱਲ ਜਿਹੜੀ ਜੀ ਮੇਰੇ ਮਨ ਨੂੰ ਬੜੀ ਪਾਈ ਕਿਤੇ ਗੁਰੂ ਦਾ ਸ਼ਬਦ ਤੇਰੇ ਮਨ ਨੂੰ ਪਾ ਜਾਏ ਤੇਰੇ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਜਿਹੜਾ ਵਸ ਜਾਏ ਤੇ ਜੇ ਸ਼ਬਦ ਤੇਰੇ ਹਿਰਦੇ ਵਿੱਚ ਵਸੇਗਾ ਮਹਾਰਜ ਕਹਿੰਦੇ ਸਭ ਰਸ ਭੋਗਣ ਬਾਦ ਹੈ ਕਹਿੰਦੇ ਸਾਰੇ ਰਸ ਜਦ ਤੱਕ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਤੀਰ ਨਾਲ ਵਿਜਦਾ ਨਹੀਂ ਨਾ ਤਦ ਤੱਕ ਗੁਰੂ ਦੇ ਦਰ ਤੇ ਸ਼ੋਭਾ ਨਹੀਂ ਮਿਲਦੀ ਅਜੇ ਮਨੁੱਖ ਦੇ ਸਾਰੇ ਸੁੰਦਰ ਪਦਾਰਥ ਵਰਤਣੇ ਵਿਅਰਥ ਚਲੇ ਜਾਂਦੇ ਐ ਕਿਉਂਕਿ ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਤੰਤ ਸੁਆਹ ਹੋ ਜਾਂਦਾ ਐ ਸਬਰਸ ਭੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ ਤੇ ਕਹਿੰਦੇ ਸਾਰੀਆਂ ਸਰੀਰਕ ਸਜਾਵਟਾਂ ਵੀ ਬੇਕਾਰ ਹੋ ਜਾਂਦੀਆਂ ਕਿਸੇ ਕੰਮ ਦੀਆਂ ਨਹੀਂ ਉਹ ਕੀਤਾ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਜੇ ਤੇਰਾ ਹਿਰਦਾ ਵਿੱਜਿਆ ਨਹੀਂ ਤੇਰੇ ਸੀਨੇ ਵਿੱਚ ਖੇਚ ਨਹੀਂ ਪੈਦਾ ਹੋਈ ਯੇ ਪਾਇਸੇ ਪਾਇਵਿਰਸਨ ਕਹਿੰਦੇ ਨੇ ਸੀਨੇ ਖੇਤ ਜਿਨ੍ਹਾਂ ਨੇ ਖਾਦੀ ਜਿਹਦੇ ਅੰਦਰ ਬਿਰਹਾ 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 ਕੀ ਹੈ ਬਿਰਹਾ ਤੂੰ ਸੁਲਤਾਨ ਫਰੀਦਾ ਜਤਨ ਬਿਰੋ ਨਾ ਉਪਜੈ ਸੋ ਤਨ ਜਾਣ ਮਸਾਨ ਕਿਉਂਕਿ ਹਿਰਦਾ ਵਿੰਨਿਆ ਨਹੀਂ ਤੋ ਪ੍ਰੇਮ ਜੇ ਪੈਦਾ ਹੀ ਨਹੀਂ ਹੋਇਆ ਵਿਛੋੜੇ ਦੀ ਜਿਹੜੀ ਹੈ ਓਤੜ ਪੈਦਾ ਨਹੀਂ ਮਿਲਪ ਵਾਸਤੇ ਨਹੀਂ ਯਤਨ ਕਰੇਗਾ ਤੋ ਸਭ ਸ਼ਿੰਗਾਰ ਵੀ ਜਿਹੜੇ ਨੇ ਉਹ ਵਿਅਰਥ ਹੋ ਜਾਣਗੇ ਉਹ ਭਾਗਾਵਾਲੀਆਂ ਜੀਵ ਇਸਤਰੀਆਂ ਮੁਬਾਰਕ ਨੇ ਜਿਨ੍ਹਾਂ ਦਾ ਪ੍ਰਭੂ ਪਤੀ ਨਾਲ ਪ੍ਰੇਮ ਬਣਿਆ ਰਹਿੰਦਾ ਹੈ ਤਾਂ ਨਾਨਕ ਧੰ ਸੁਹਾਗਣੀ ਜਿਨ ਸਹਿ ਨਾਲ ਪਿਆਰ ਕਹਿੰਦੇ ਧੰ ਨੇ ਉਹ ਸੁਹਾਗਣਾ ਜਿਨ੍ਹਾਂ ਦਾ ਪਤੀ ਪ੍ਰਭੂ ਨਾਲ ਪਿਆਰ ਬਣਿਆ ਰਹਿੰਦਾ ਇੱਕ ਬਚਨ ਆਪਾਂ ਪੜ੍ਹਦੇ ਆਂ ਜਿਚਰ ਵਸੈ ਸੋਹਿ ਲੜੀ ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ ਧੰ ਸੁ ਤੇਰਾ ਥਾਨ ਜਿਚਰ ਵਸਿਆ ਕੰਤ ਕਰ ਜਿਉ ਜਿਉ ਸਭ ਕਹਾਤ ਜਾਂ ਉੱਠੀ ਚੱਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਪੇੜਾ ਸ਼ੌ ਸੇਵ ਤੂੰ ਸੌੜੜਾ ਸੁਖ ਵਸ ਗੁਰਮਿਲ ਚਾਜਾ ਚਾਰ ਸਿੱਖ ਤਦ ਕਦੇ ਨਾ ਲੱਗੇ ਦੁੱਖ ਸਬਣਾ ਸੋਹਰੇ ਵੰਜਣਾ ਸਭ ਮੁਕਲਾਵਣ ਹਾਰ ਪਰਮਾਰਜ ਕਹਿੰਦੇ ਨਾਨਕ ਧਨ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ ਉੱਥੇ ਵੀ ਹੋ ਬਚਨਾਂ ਕਿ ਤੇ ਵੀ ਕਹਿੰਦੇ ਨਾਨਕ ਧਨ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ ਕਹਿੰਦੇ ਅਸਲ ਵਿੱਚ ਸੁਹਾਗਣਾ ਉਹ ਨੇ ਜਿਨ੍ਹਾਂ ਦਾ ਉਸ ਪਤੀ ਨਾਲ ਪ੍ਰਭੂ ਦੇ ਨਾਲ ਮਿਲਾਪ ਬਣ ਜਾਂਦਾ ਹੈ ਪ੍ਰੇਮ ਬਣ ਜਾਂਦਾ ਹੈ ਉਹਦੇ ਨਾਲ ਦੁਨਿਆਵੀ ਰਿਸ਼ਤਾ ਵੀ ਸਵਾਰਨਾ ਹੈ ਬਹੁਤ سارے ਰਿਸ਼ਤੇ ਨਾਤੇ ਉਹ ਕਹਿੰਦੇ ਜੀ ਬਸ ਬੋਝ ਹੀ ਢੋ ਰਹੇ ਆ ਨਾਤੇ ਬੋਝ ਬਣ ਗਏ ਰਿਸ਼ਤੇ ਬੋਝ ਬਣ ਗਏ ਕੋਈ ਕਹਿੰਦਾ ਮੈਂ ਕੇਵਲ ਬੱਚਿਆਂ ਕਰਕੇ ਇਕੱਠੇ ਰਹਿ ਰਹੇ ਆਂ ਜੀ ਨਹੀਂ ਤਾਂ ਸਾਡੇ ਵਿੱਚ ਕੁਝ ਨਹੀਂ ਹੈ ਕੋਈ ਪ੍ਰੇਮ ਨਹੀਂ ਕੋਈ ਕਹਾਣੀ ਨਹੀਂ ਉਹ ਦੁਨਿਆਵੀ ਨਾਤਿਆਂ ਵਿੱਚ ਇਹੋ ਜਿਹੀ ਖਿੱਚੋ ਤਾਣੇ ਤੋਂ ਪਰਮੇਸ਼ਰ ਨਾਲ ਵੀ ਹੈ ਕੇਵਲ ਸ਼ਰਮੋ ਸ਼ਰਮੀ ਜਿਵੇਂ ਸਮਾਜ ਤੋਂ ਡਰਦਾ ਬਾਰ ਨਹੀਂ ਨਾ ਦੱਸਣ ਦੁਨੀਆਵੀ ਰਿਸ਼ਤੇ 'ਚ ਵਿਗਾੜ ਡਰਦਾ ਇਸੇ ਤਰ੍ਹਾਂ ਬਹਿਰੂਨੀ ਤੌਰ ਤੇ ਦਿਖਾਵੇ ਕਾਰਨ ਘਰੋਂ ਭਾਵੇਂ ਬੰਦਾ ਲੜ ਕੇ ਆਇਆ ਹੋਵੇ ਕਿਸੇ ਵਿਆਹ ਇਤਿਆਦਿਕ ਵਿੱਚ ਜਾ ਫੋਟੋਗ੍ਰਾਫਰ ਕਹਿੰਦਾ ਜੀ ਦੋਨੇ ਮੀਆਂ ਬੀਬੀ ਸਮਾਈਲ ਕਰਕੇ ਫੋਟੋ ਖਿਚਾਓ ਅੰਦਰੋਂ ਇੱਕ ਦੂਸਰੇ ਨੂੰ ਵੇਖਣਾ ਨਹੀਂ ਚਾਹੁੰਦੇ ਪਰ ਲੋਕਾਂ ਨੂੰ ਦਿਖਾਉਣ ਵਾਸਤੇ ਮੂੰਹ ਹੱਸਣ ਵਰਗੇ ਬਣਾਉਣੇ ਪੈਂਦੇ ਇਸੇ ਤਰ੍ਹਾਂ ਮਹਾਰਜ ਕਹਿੰਦੇ ਅੰਦਰੋਂ ਪਰਮੇਸ਼ਰ ਨਾਲ ਪਿਆਰ ਕੋਈ ਨਹੀਂ ਪਰ ਦਿਖਾਵੇ ਦਾ ਕਰਮ ਧਰਮ ਸਮਾਜ ਤੋਂ ਡਰਦਾ ਕਰਦਾ ਲੋਗਾਂ ਦੀ ਨਜ਼ਰ ਦੇ ਵਿੱਚ ਧਰਮੀ ਬਣਿਆ ਰਵਾਂ ਅੰਦਰ ਕੋਈ ਖੇਚ ਨਹੀਂ ਪ੍ਰੀਤ ਨਹੀਂ ਪਰ ਮਾਲਕ ਮੇਰ ਕਰੇ ਇਹ ਵਿਖਾਵਾ ਨਾ ਹੋਵੇ ਇਹ اڈੰਬਰ ਨਾ ਹੋਵੇ ਇਹ ਪ੍ਰਪੰਚ ਨਾ ਹੋਵੇ ਅੰਦਰੋਂ ਤੇ ਬਾਹਰੋਂ ਇੱਕ ਹੋ ਜਾਈਏ ਐਸਾ ਨਹੀਂ ਕਿ ਅੰਦਰੋਂ ਕੋਜਾਂ ਬਾਹਰੋਂ ਕੋਜ ਜਿਵੇਂ ਸਜਣ ਠੱਗ ਸੀ ਬਾਹਰੋਂ ਧਰਮਿੰਦਾ ਪਹਿਰਾਵਾ ਦਿਖਾਵਾ ਹਵੇਲੀ ਦਾ ਸਭ ਕੁਝ ਪਰ ਅੰਦਰ ਕਤਲੋਗਾਰ ਤੇ ਕੁਝ ਮਹਾਰਜ ਕਹਿੰਦੇ ਐਸਾ ਨਾ ਹੋਵੇ ਬਗਲ ਸਮਾਧੀ ਨਹੀਂ ਹੋਣੀ ਚਾਹੀਦੀ ਦਿਖਾਵਾ ਭਗਤੀ ਦਾ ਹੈ ਪਰ ਧਿਆਨ ਸ਼িকার ਤੇ ਹੈ ਇਹ ਸਮਾਦੀ ਨਹੀਂ ਇਹ ਪਖੰਡ ਨਹੀਂ ਹੈ ਤਾਂ ਕਰਕੇ ਮੁਖ ਝੂਟਵੇ ਭੂਖਣਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲਮਾਲਾ ਤਿਲਕ ਲਲਾਟੰਗ ਦੇ ਤੋਤੀ ਬਸਤਰ ਕਪਾਟੰਗ ਕਹਿੰਦੇ ਜੇ ਜਾਣਸ ਬ੍ਰਹਮੰ ਕਰਮੰ ਇੱਥੋਂ ਸ਼ਲੋਕ ਸ਼ੁਰੂ ਹੁੰਦਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਕਹਿੰਦੇ ਸਾਰਾ ਕੁਝ ਕਰਕੇ ਜੇ ਭਾਈ ਇਹਨਾਂ ਨੂੰ ਤੁਝੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੂਗੇ ਬ੍ਰਹਮ ਦਾ ਕਰਮ ਨਹੀਂ ਉਹਦੇ ਦਰ ਤੇ ਕਬੂਲ ਪੈਣ ਵਾਲਾ ਕੰਮ ਨਹੀਂ ਮਾਲਕ ਦਇਆ ਕਰੇ ਉਹ ਸੁਹਾਗਣ ਜੀਵਨ ਉਹ ਬਣੇ ਉਹਦੇ ਨਾਲ ਪਿਆਰ ਹੋ ਜਾ ਨਾਨਕ ਤਨ ਸੁਹਾਗਣੀ ਜਿਨ ਸੇ ਨਾਲ ਪਿਆਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ